तो जिहड़ियां रवायती पार्टियां इन्हां दे जिहड़े साबका एम एल ए साबका मंत्री मुख्यमंत्री इन्हां दीआं नजायज़ बसां चलदियां रहियां ते साडे पंजाब सरकार दा जिहड़ा ट्रांसपोर्ट महकमा जिहड़ा कदे अपने पंजाब दे खजाने नूं भरन दे विच मोहरी रोल निभाउंदा सी ਉਹ ਅੱਜ ਸੈਂਕੜੇ ਕਰੋੜ ਸਾਲ ਦਾ ਘਾਟੇ 'ਚ ਚੱਲ ਰਿਹਾ ਅਤੇ ਉਹਦਾ ਜ਼ਿੰਮੇਵਾਰ ਕੌਣ ਆ? ਇਹੋ ਘਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇੱਕ ਇੱਕ ਪਰਮਿਟ 'ਤੇ ਤਿੰਨ ਤਿੰਨ ਚਾਰ ਚਾਰ ਬੱਸਾਂ ਚਲਾ ਛੱਡੀਆਂ ਇੱਕ ਇੱਕ ਨੰਬਰ 'ਤੇ ਅਤੇ ਆਪਾਂ ਵੇਖਦੇ ਹਾਂ ਜਿਹੜੀ ਸਾਡੀ ਰੋਡਵੇਜ਼ ਦੀ ਟਰਾਂਸਪੋਰਟ ਗੱਡੀ ਹੁੰਦੀ ਆ ਉਹਦਾ ਟਾਈਮ ਧੱਕੇ ਨਾਲ ਇਹਨਾਂ ਨੂੰ ਚੁੱਕਿਆ ਜਾਂਦਾ। ਸਾਡੀ ਰੋਡਵੇਜ਼ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਦਿੱਤਾ ਜਾਂਦਾ ਅਤੇ ਵੀਹ ਮਿੰਟ ਪੱਚੀ ਪੱਚੀ ਮਿੰਟ ਕਈ ਅੱਡਿਆਂ ਦੇ ਉੱਤੇ ਟਾਈਮ ਚੁੱਕਦੇ ਨੇ। ਉਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਚੋਰ ਮੋਰੀਆਂ ਜਿਹੜੀ ਕਲੱਬਿੰਗ ਕੀਤੀ ਇਹਨਾਂ ਪਰਮਿਟਾਂ ਦੀ ਉਹ ਸਾਰਾ ਕੁਝ ਖਤਮ ਕਰਾਂਗੇ। ਸਮਾਂ ਸਾਰਨੀ ਬਣਾ ਰਹੇ ਹਾਂ, ਉੱਥੇ ਸਾਡੀ ਰੋਡਵੇਜ਼ ਨੂੰ ਵੀ ਬਰਾਬਰ ਚਾਰ ਮਿੰਟ ਦਾ ਸਮਾਂ ਮਿਲੇਗਾ, ਭਾਵੇਂ ਕੋਈ ਵੱਡਾ ਟਰਾਂਸਪੋਰਟ ਹੈ ਭਾਵੇਂ ਇੱਕ ਬੱਸ ਵਾਲਾ ਟਰਾਂਸਪੋਰਟ ਰਿਹਾ, ਹਰੇਕ ਨੂੰ ਬਰਾਬਰ ਦਾ ਸਮਾਂ ਮਿਲੇਗਾ ਚਾਰ ਮਿੰਟ ਦਾ। ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ, ਸਾਰਾ ਸਿਸਟਮ ਕੁਝ ਸਮੇਂ ਦੇ ਵਿੱਚ ਹੀ ਸਹੀ ਕਰ ਦਾਂਗੇ। ਸਮਾਂ ਸਾਰਨੀ ਬਣ ਰਹੀ ਆ, ਜਲਦ ਲਾਗੂ ਕਰਾਂਗੇ। ਜਲੰਧਰ ਦੇ ਵਿੱਚ ਚੈਕਿੰਗ ਕਰ ਰਹੇ ਹਾਂ, ਜੇ ਵੋਲਵੋ ਬੱਸਾਂ ਟੈਕਸ ਤੋਂ ਬਿਨਾਂ ਪਾਈਆਂ ਜਾਣਗੀਆਂ ਜਾਂ ਜਿਹੜੀਆਂ ਸਟੇਜ ਕੈਰੇਜ ਬੱਸਾਂ ਉਹਨਾਂ ਨੂੰ ਜੁਰਮਾਨੇ ਕੀਤੇ ਜਾਣਗੇ। ਅਤੇ ਅੱਗੇ ਤੋਂ ਇਹ ਔਨਲਾਈਨ ਕਰਾਂਗੇ ਜਿਹੜੇ ਜੁਰਮਾਨੇ। ਇੱਕ ਵਾਰ ਦਾ ਜਿਹੜਾ ਵੋਲਵੋ ਬੱਸ ਦਾ ਜੁਰਮਾਨਾ 53,000 ਆ, ਅਗਰ ਦੂਸਰੀ ਵਾਰ ਉਹ ਬੱਸ ਕਾਬੂ ਆਉਂਦੀ ਹੈ ਬਿਨਾਂ ਟੈਕਸ ਤੋਂ 1,08,000 ਹੋਵੇਗਾ, ਅਤੇ ਉਹ ਤੋਂ ਅਗਲੀ ਵਾਰ ਨਾਲ 'ਤੇ ਐੱਫ ਆਈ ਆਰ ਦਰਜ ਹੋਵੇਗੀ ਉਸ ਬੱਸ 'ਤੇ, ਨਾਲ ਉਹ ਬੱਸ ਪੱਕੀ ਇੰਪਾਊਂਡ ਕੀਤੀ ਜਾਵੇਗੀ। ਅੱਜ ਪੰਜ ਦੇ ਕਰੀਬ ਬੱਸਾਂ ਨੂੰ ਜਿਹੜੀਆਂ ਜੁਰਮਾਨੇ ਕੀਤੇ ਗਏ ਆ, ਅਤੇ ਇੱਕ ਪਾਰੋਵਾਲ ਬੱਸ ਸੀ ਅਤੇ ਇੱਕ ਦੋ ਹੋਰ ਕੰਪਨੀਆਂ ਦੀਆਂ ਬੱਸਾਂ ਸਨ। ਹੁਣ ਆ ਵੱਡੇ ਘਰਾਂ ਨੂੰ ਜਾ ਕੇ ਕਰਦੇ ਆ ਚੈੱਕ, ਜਿਹੜੇ ਵੱਡੇ ਘਰ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਪਿੱਛੇ ਹੀ ਬੱਸਾਂ ਤੋਂ ਸਵਾਰੀਆਂ ਉਤਾਰ ਕੇ ਰੋਡਵੇਜ਼ ਨੂੰ ਦੇ ਕੇ ਸਵਾਰੀਆਂ ਤੋਂ ਬੱਸਾਂ ਪਿੱਛੇ ਬੈਗ ਦੀ ਬੈਗ ਚੱਲ ਗਏ। ਜੇ ਸਰਕਾਰੀ ਤੁਹਾਡੇ ਡਿਪੂਆਂ ਦੇ ਪੰਪ ਬੰਦ ਆ ਇੱਕ ਮਹੀਨੇ, ਜਿਹੜੇ ਡਿਪੂਆਂ ਦੇ ਪੰਪ ਆ ਉਹਨਾਂ ਤੋਂ 20 ਰੁਪਈਏ ਪਰ ਲੀਟਰ ਮਹਿੰਗਾ ਪੈਂਦਾ। ਉਹ ਪਿਛਲੀ ਸਰਕਾਰ ਨੇ ਜਿਹੜੀ ਕੋਈ ਪਾਲਿਸੀ ਬਣਾਈ ਉਹਦਾ ਕਰਕੇ ਬਾਹਰਲੇ ਪੰਪਾਂ ਤੋਂ ਤੇਲ ਪੈਂਦਾ। ਇਹਦੇ 'ਤੇ ਵੀ ਘੋਖ ਕਰਾਂਗੇ ਵੀ ਉਹ 20 ਰੁਪਈਏ ਕਿਉਂ ਮਹਿੰਗਾ ਪੈਂਦਾ, ਪਿਛਲੀ ਸਰਕਾਰ ਦੀ ਕੋਈ ਪਾਲਿਸੀ ਆ? ਕਿੰਨਾ ਕੁ ਸਰ ਪਹਿਲਾਂ ਇੱਦਾਂ ਹੋਇਆ ਸੀ ਗਵਰ ਨਹੀਂ ਕਹਿ ਸਕਦੇ ਆਪਾਂ ਕਿ 20 ਰੁਪਏ ਅਗਰ ਲੀਟਰ ਜ਼ਿਆਦਾ ਦਿੱਤਾ ਗਿਆ, ਕਿਉਂ ਦਿੱਤਾ ਗਿਆ, ਇਸ ਬਾਰੇ ਕੋਈ ਸੋਧ ਹੋਏਗੀ ਜਾਂ? ਦੇਖੋ ਇਹ ਸਰਕਾਰ ਦੀ ਧਿਆਨ ਦੇ ਵਿੱਚ ਹੈ ਗੱਲ, ਜਿੱਥੇ ਵੀ ਕੋਈ ਖਾਮੀ ਹੋਵੇਗੀ ਜਿਹਨੇ ਕੋਈ ਗਲਤ ਕੀਤਾ ਹੋਵੇਗਾ ਉਹਨੂੰ ਬਣਦੀ ਉਹਦੀ ਸਜ਼ਾ ਮਿਲੇ ਹੋਏਗਾ, ਕਿਉਂਕਿ ਆਪਣੇ ਡਿਪੂ ਬਿਲਕੁਲ ਖਾਲੀ ਪਏ ਨੇ ਅੰਦਰ ਜਲੰਧਰ ਦੇ ਵਿੱਚ ਵੀ। ਬਿਲਕੁਲ ਹੁਣ ਸਾਡੀ ਸਰਕਾਰ ਦੇ ਵਿੱਚ ਤੇ ਤਾਂ ਹੀ ਪੈਟਰੋਲ ਪੰਪਾਂ ਤੋਂ ਪਾਇਆ ਜਾ ਰਿਹਾ ਕਿਉਂਕਿ ਉਹ ਜਿਹੜੇ ਡਿਪੂ ਆ ਉਹਨਾਂ ਨੂੰ ਕਿਸੇ ਪ੍ਰਾਈਵੇਟ ਕੰਪਨੀ ਨੂੰ ਟੇਕਾ ਦਿੱਤਾ ਗਿਆ, ਉਹਦਾ ਕਰਕੇ ਹੀ ਮੈਨੂੰ ਲੱਗਦਾ ਜਿਹੜਾ 20 ਰੁਪਈਏ ਲੀਟਰ ਪਿੱਛੇ ਮਹਿੰਗਾ ਮਿਲ ਰਿਹਾ ਤੇਲ, ਤੇ ਤਾਂ ਹੀ ਬਾਹਰੋਂ ਪੰਪਾਂ ਤੋਂ ਪੈ ਰਿਹਾ। ਦੇਖੋ ਜਿਹੜੇ ਮੁਲਾਜ਼ਮ ਵੀਰ ਨੇ ਉਹ ਸਾਡੇ ਭਰਾ ਨੇ, ਸਾਡੇ ਪਰਿਵਾਰ ਨੇ, ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਲਿਆ ਕੇ ਦੇਵਾਂਗੇ। ਤੇ ਮੈਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੀਆਂ ਚੋਰ ਮੋਰੀਆਂ ਜਿਵੇਂ ਡੀਜ਼ਲ ਚੋਰੀ ਹੁੰਦਾ ਜਾਂ ਉਹ ਸਵਾਰੀਆਂ ਦੇ ਵਿੱਚੋਂ ਆਪਾਂ ਨੂੰ ਪਤਾ ਟਿਕਟਾਂ ਦੇ ਵਿੱਚ ਹੇਰਾਫੇਰੀ ਕੀਤੀ ਜਾਂਦੀ ਆ, ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਮਾਨਦਾਰੀ ਨਾਲ ਆਪਣੇ ਮਹਿਕਮੇ ਨੂੰ ਚਲਾਈਏ। ਆਉਣ ਵਾਲੇ ਸਮੇਂ 'ਚ ਮੁਲਾਜ਼ਮ ਵੀਰਾਂ ਦੇ ਹੱਕ ਅਸੀਂ ਲਿਆ ਕੇ ਦੇਵਾਂਗੇ, ਉਹਨਾਂ ਦੀਆਂ ਤਨਖਾਹਾਂ 'ਚ ਵੀ ਵਾਧਾ ਕਰਾਂਗੇ, ਪਰ ਕਿਤੇ ਨਾ ਕਿਤੇ ਜਿੱਥੇ ਚੋਰ ਮੋਰੀਆਂ ਹੋਣਗੀਆਂ ਜੇ ਮਹਿਕਮਾ ਹੀ ਘਾਟੇ 'ਚ ਚੱਲੂਗਾ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਰੋਡਵੇਜ਼ PRTC ਕਿੰਨੇ ਘਾਟੇ 'ਚ ਘਾਟਾ। ਦੇਖੋ ਜਿੱਥੇ ਵੀ ਲੋੜ ਜਿਹੜੇ ਡਿਪੂ ਨੂੰ ਲੋੜ ਹੋਵੇਗੀ ਬੱਸਾਂ ਦੀ ਉੱਥੇ ਡਿਪੂ 'ਤੇ ਬੱਸਾਂ ਪੂਰੀਆਂ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਰੋਡਵੇਜ਼ ਦੀਆਂ 28 ਬੱਸਾਂ ਨੂੰ ਹਰੀ ਝੰਡੀ ਦਿੱਤੀ, 29 ਬੱਸਾਂ PRTC ਦੀਆਂ ਚਲਾਈਆਂ, ਹੋਰ ਵੀ ਜਿਹੜੇ ਡਿਪੂ ਨੂੰ ਬੱਸਾਂ ਦੀ ਲੋੜ ਹੋਵੇਗੀ ਸਰਕਾਰ ਵੱਲੋਂ ਮੁਹੱਈਆ ਕਰਾਵਾਂਗੇ। ਸਾਡੇ ਇਮਾਨਦਾਰ ਆਗੂ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਸੰਸੀਅਰ ਨੇ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਵਧੀਆ ਸਰਕਾਰ ਚੱਲ ਰਹੀ ਆ, ਅਤੇ ਜਿੱਥੇ ਵੀ ਜ਼ਰੂਰਤ ਹੋਵੇਗੀ ਉਹ ਉਹਨਾਂ ਦੀ ਨੌਲੇਜ 'ਚ CM ਸਾਹਿਬ ਦੀ ਨੌਲੇਜ 'ਚ ਲਿਆਵਾਂਗੇ। ਜੇ ਮੁਲਾਜ਼ਮਾਂ ਦੀ ਲੋੜ ਹੋਵੇਗੀ ਬੱਸਾਂ ਦੀ ਲੋੜ ਹੋਵੇਗੀ ਸਾਰਾ ਕੁਝ ਵਾਧੂ। ਅਬ ਉਪਲਬਧ ਹੈ 1100+ ਡਿਜੀਟਲ ਕੇਬਲ ਨੈਟਵਰਕ ਪਰ ਐਂਡਰੋਇਡ ਬੇਸ DTH ਸਮਾਰਟ ਸੈਟਅਪ ਬਾਕਸ ਸਭੀ OTT ਪਲੇਟਫਾਰਮ 24 ਘੰਟੇ ਲਾਈਵ ਦੇਖੇ ਹਮਾਰੇ ਸੋਸ਼ਲ ਮੀਡੀਆ ਪੇਜਸ ਪਰ।